ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਆਗੂ ਨਵੀਂ ਰਣਨੀਤੀ ਦੇ ਤਹਿਤ ਆਪਣਾ ਸੰਘਰਸ਼ ਤੇਜ਼ ਕਰਨ ਜਾ ਰਹੇ ਨੇ। ਕਿਸਾਨਾਂ ਨੇ ਪੰਜਾਬ ਦੇ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ, ਬਾਕੀ ਰਹਿੰਦੇ ਟੋਲ ਵੀ ਬੰਦ ਕਰਾਉਣ ਲਈ ਲਾਮਬੰਦ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਨੇ ਪਟਿਆਲਾ ਰਾਜਪੁਰਾ ਹਾਈਵੇ ਤੇ ਪਿੰਡ ਧਰੇੜੀ ਜੱਟਾਂ ਕੋਲ ਟੋਲ ਪਲਾਜ਼ਾ ਪਿਛਲੇ 5 ਦਿਨਾਂ ਤੋਂ ਰੋਕਿਆ ਹੋਇਆ। ਕਿਸਾਨ ਦਿਨ ਰਾਤ ਨਾਕਾ ਲਾ ਕੇ ਇਸ ਤੇ ਪੱਕਾ ਧਰਨਾ ਲਾਈ ਬੈਠੇ ਨੇ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਇਸ ਤੋਂ ਇਲਾਵਾ ਕਈ ਹੋਰ ਟੋਲ ਵੀ ਬੰਦ ਕਰਵਾ ਚੁੱਕੀਆਂ ਨੇ ਤੇ ਅਗਲਾ ਕਦਮ ਪੰਜਾਬ ਭਰ ਦੇ ਨਿੱਜੀ ਟੋਲ ਨਾਕਿਆਂ ਨੂੰ ਬੰਦ ਕਰਨ ਦੀ ਤਿਆਰੀ ਦੇ ਵਿੱਚ ਹੈ। ਹਾਲਾਂਕਿ ਕਿਸਾਨਾਂ ਦੇ ਟ੍ਰੈਫਿਕ ਬਿਲਕੁਲ ਜਾਮ ਨਹੀਂ ਕੀਤਾ, ਸਗੋਂ ਸਾਰੀਆਂ ਗੱਡੀਆਂ ਬਿਨਾਂ ਟੋਲ ਪਰਚੀਆਂ ਦੇ ਇਸ ਹਾਈਵੇ ਤੋਂ ਲੰਘ ਰਹੀਆਂ ਨੇ। ਕਿਸਾਨਾਂ ਦੇ ਮੁਤਾਬਕ ਉਹ ਅਜਿਹਾ ਕਰਕੇ ਵੱਡੀ ਕੰਪਨੀਆਂ ਨੂੰ ਸਬਕ ਸਿਖਾ ਰਹੇ ਨੇ। ਇਸ ਦਾ ਸੁਨੇਹਾ ਕੇਂਦਰ ਸਰਕਾਰ ਤੱਕ ਵੀ ਪਹੁੰਚੇਗਾ। ਕਿਸਾਨ ਜਥੇਬੰਦੀਆਂ ਮੁਤਾਬਕ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਚੁੱਕਦੀ ਨਹੀਂ ਹੈ ਕੇਂਦਰ ਵੱਲੋਂ ਜਬਰੀ ਲਾਗੂ ਕੀਤੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਕਿਸਾਨ ਜਥੇਬੰਦੀਆਂ ਦਮ ਲੈਣਗੀਆਂ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਹੋਰ ਖਬਰਾਂ ਦੇਖਣੀ ਸੁਣੀਆਂ ਬਣਨੀਆਂ ਤਾਂ ਬਣੇ ਰਹੋ ਆਲ ਨਿਊਜ਼ ਵਾਲਾ .com ਦੇ ਨਾਲ। ਜੋਤਿਸ਼ ਆਰ ਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ ਅਤੇ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ। 81468-13896